ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਹੈ? ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸ਼ਾਹ ਅਤੇ ਤੁਸੀਂ ਦੇਖ ਰਹੇ ਹੋ ਆਪਣਾ ਯੂਟਿਊਬ ਚੈਨਲ ਸਿੱਖੋ ਟੀਵੀ। ਸਭ ਤੋਂ ਪਹਿਲਾਂ ਤਾਂ ਜਿਹੜੇ ਵੀਰ ਚੈਨਲ 'ਤੇ ਨਵੇਂ ਆ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰੋ। ਅਤੇ ਸਾਡੇ ਏਰੀਆ ਦੇ ਵਿੱਚ ਹੈ ਹੈੱਡ ਇਸਲਾਮ ਦਰਿਆ ਸਤਲੁਜ, ਉੱਥੇ ਅੱਜ ਪਹੁੰਚੇ ਹਾਂ। ਅਤੇ ਮੈਂ ਕਿਹਾ ਆਪਣੇ ਵੀਰਾਂ ਨੂੰ ਚੈੱਕ ਕਰਵਾਈਏ ਥੋੜ੍ਹਾ ਜਿਹਾ ਨਜ਼ਾਰਾ। ਇਹ ਜਿਹੜੀ ਆਹ ਤੁਸੀਂ ਦੇਖ ਰਹੇ ਹੋ, ਇਹ ਸਾਥੇ ਆ ਜਿਹੜੇ ਸਾਰੇ ਹੈਗੇ ਆ ਫੱਟੇ ਆ, ਅਤੇ ਦੂਸਰੀ ਸਾਈਡ ਤੋਂ ਪਾਣੀ ਆ ਰਿਹਾ ਕਾਫੀ ਜ਼ਿਆਦਾ। ਉਹ ਵੀ ਤੁਹਾਨੂੰ ਸਾਈਡ ਮੈਂ ਚੈੱਕ ਕਰਾਉਣਾ। ਇਹ ਮੈਂ ਕਿਹਾ ਚਲੋ, ਮਾਲ ਡੰਗਰ ਦੀ ਤਾਂ ਵੀਡੀਓਜ਼ ਹਮੇਸ਼ਾ ਹੀ ਲਾਉਂਦੇ ਹਾਂ, ਅਤੇ ਅੱਜ ਇਨਸ਼ਾਅੱਲਾ ਮੈਂ ਚੈੱਕ ਕਰਵਾਵਾਂਗਾ ਵੀਰਾਂ ਨੂੰ। ਹੈੱਡ ਇਸਲਾਮ ਨਾਮ ਜ਼ਰੂਰ ਸੁਣਿਆ ਹੋਏਗਾ। ਅਤੇ ਆਹ ਤੁਸੀਂ ਦੇਖੋ ਇਹਦਾ ਸਾਰੇ ਦਾ ਵਿਊਜ਼। ਆਹ ਹੈ ਜੀ ਹੈੱਡ ਇਸਲਾਮ ਹਾਸਲਪੁਰ, ਔਰ ਸੁਣਨ 'ਚ ਇਹੀ ਆ ਰਿਹਾ ਕਿ ਦਰਿਆਏ ਸਤਲੁਜ ਦਾ ਜਿਹੜਾ ਸਭ ਤੋਂ ਵੱਡਾ ਹੈੱਡ ਹੈ, ਯਾਨੀ ਕਿ ਦਰਿਆਏ ਸਤਲੁਜ ਦੇ ਉੱਪਰ ਸਭ ਤੋਂ ਵੱਡਾ ਬ੍ਰਿਜ ਇਹ ਆ। ਜਦੋਂ ਵੀ ਪਾਣੀ ਆਉਂਦਾ ਵਾ ਇਸ ਜਗ੍ਹਾ 'ਤੇ, ਆ ਪੂਰੇ ਟੋਟਲ ਦਰਿਆ ਦੇ ਉੱਤੇ ਤੁਹਾਨੂੰ ਨਜ਼ਰ ਆਉਣਗੇ ਕਿ ਇੱਥੇ ਫੱਟੇ ਲੱਗੇ ਹੋਏ ਆ। ਆਹ ਸਾਰੇ ਫੱਟੇ ਲੱਗੇ ਹੋਏ ਆ, ਅਤੇ ਆਹ ਉੱਪਰ ਚੈੱਕ ਕਰ ਸਕਦੇ ਹੋ ਜਿੱਥੇ ਪਾਣੀ ਆਉਂਦਾ। ਇੱਥੇ ਫੱਟੇ ਸਿੱਟਦੇ ਆ ਬਕਾਇਦਾ ਜਦੋਂ ਪਾਣੀ ਥੋੜ੍ਹਾ ਹੁੰਦਾ। ਦੂਸਰੀ ਸਾਈਡ 'ਤੇ ਚੱਲਦੇ ਆਹ ਚੈੱਕ ਕਰ ਲਓ, ਇੱਥੋਂ ਉਹ ਸਾਹਮਣੇ ਜਿਹੜੇ ਆ ਨਾ, ਉਹ ਸਾਈਡ ਦੇ ਅੱਗੇ ਤੁਹਾਨੂੰ ਨਜ਼ਰ ਆਉਣ ਗਿਆ ਸਰਾ ਫੱਟੇ ਲੱਗੇ ਹੋਏ। ਉੱਥੋਂ ਨਹਿਰਾਂ ਕੱਢੀਆਂ ਹੋਈਆਂ ਚੁਲਸਤਾਨ ਨੂੰ, ਯਾਨੀ ਕਿ ਸਰਾਬ ਕਰਨ ਵਾਸਤੇ। ਕਾਫੀ ਜ਼ਿਆਦਾ ਪਾਣੀ ਆਇਆ ਹੋਇਆ ਵਾ, ਰੂਟੀਨ 'ਚ ਇੰਨਾ ਪਾਣੀ ਨਹੀਂ ਹੁੰਦਾ। ਅਤੇ ਆਹ ਥੱਲੇ ਹੈ ਫੱਟਾ, ਆਹ ਬੰਦ ਹੈ ਇਸ ਟਾਈਮ ਫੱਟਾ, ਇੰਨਾ ਜ਼ਿਆਦਾ ਨਹੀਂ ਚੱਲ ਰਿਹਾ। ਅੱਗੇ ਚੱਲਦੇ ਹਾਂ ਕਿਸੇ ਫੱਟੇ, ਯਾਨੀ ਕਿ ਜਿਹਦੇ ਉੱਤੇ ਪਾਣੀ ਚੱਲ ਰਿਹਾ ਨਾ, ਉਹਨਾਂ ਫੱਟਿਆਂ 'ਤੇ ਚੱਲਦੇ ਹਾਂ। ਆਹ ਜਿਹੜਾ ਬੜਾ ਸਿਕਿਉਰਿਟੀ ਰਿਸਕ ਹੈਗਾ, ਤੁਸੀਂ ਚੈੱਕ ਕਰ ਸਕਦੇ ਹੋ, ਵਿੱਚੋਂ ਟੁੱਟਾ ਹੋਇਆ ਬੰਦਾ ਕਢੈਮ ਹੀ ਹੋ ਸਕਦਾ। ਅਤੇ ਆਹ ਜਿਹੜਾ ਸਾਰਾ ਵਿਊਜ਼ ਹੈ, ਇਹ ਵੈਸੇ ਆਮ ਦਿਨਾਂ ਦੇ ਵਿੱਚ ਆਹ ਜਿਹੜੀ ਆ ਪੱਖੰਡੀ ਬਣਾਈ ਹੋਈ ਇਹਨਾਂ ਨੇ, ਆ ਦਰਿਆ ਦੇ ਵਿੱਚ ਦੀ, ਉਹ ਉੱਥੇ ਤੱਕ ਜਾ ਕੇ ਬੰਦਾ ਯਾਨੀ ਕਿ ਇੰਜੋਏ ਕਰ ਸਕਦਾ। ਹੁਣ ਮੇ ਵੀ ਸ਼ਾਇਦ ਇਹਨਾਂ ਨੇ ਮਨਾ ਕੀਤਾ ਹੋਵੇ ਕਿਉਂਕਿ ਖਤਰਾ, ਪਾਣੀ ਕਾਫੀ ਜ਼ਿਆਦਾ। ਅਤੇ ਹੱਥੋਂ ਮਲੋਹ ਹੋਏਗਾ, ਪਾਣੀ ਦੀ ਸਪੀਡ ਚੈੱਕ ਕਰੋ, ਇੱਕ ਸ਼ੋਰ ਆ ਪਾਣੀ ਦਾ ਆਪਣਾ, ਬੜੀ ਸਪੀਡ ਆ ਪਾਣੀ ਦੀ। ਇਸ ਤਰ੍ਹਾਂ ਆਹ ਸਾਈਡ ਹੈਗੀ ਆ ਅੱਗੇ, ਯਾਨੀ ਕਿ ਸਾਹਮਣਾ ਬਹਾਵਲ ਨਗਰ ਹੀ ਆ, ਬਹਾਵਲ ਨਗਰ 'ਚੋਂ ਪਾਣੀ ਆ ਰਿਹਾ ਸਿੱਧਾ ਇਸੇ ਤਰ੍ਹਾਂ। ਅਤੇ ਆਹ ਪਾਣੀ ਫੱਟਿਆਂ ਦੀ ਵਜ੍ਹਾ ਤੋਂ ਯਾਨੀ ਕਿ ਕਾਫੀ ਜ਼ਿਆਦਾ ਨਾ, ਰੋਕਿਆ ਵੀ ਆ ਥੋੜ੍ਹਾ ਜਿਹਾ, ਚੱਲ ਵੀ ਰਿਹਾ ਜਿਹੜੇ ਫੱਟੇ ਬੰਦ ਕੀਤੇ ਆ, ਲੇਕਿਨ ਜ਼ਿਆਦਾ ਪਾਣੀ ਅੱਗੇ ਹੀ ਜਾ ਰਿਹਾ। ਆਹ ਚੈੱਕ ਕਰੋ ਪਾਣੀ ਦੀ ਸਪੀਡ, ਚੈੱਕ ਕਰੋ ਪਾਣੀ ਤਾਂ ਬੜਾ ਸੋਹਣਾ ਲੱਗ ਰਿਹਾ, ਚੈੱਕ ਕਰ ਸਕਦੇ ਹੋ। ਇਸੇ ਤਰ੍ਹਾਂ ਇਹ ਸਾਰੇ ਫੱਟੇ ਲੱਗੇ ਹੋਏ ਆ, ਥੋੜ੍ਹੇ ਥੋੜ੍ਹੇ ਇਹਨਾਂ ਨੇ ਫੱਟੇ ਚੱਕੇ ਆ, ਬਾਕੀ ਪਾਣੀ ਰੋਕਿਆ ਹੋਇਆ, ਥੋੜ੍ਹਾ ਜਿਹਾ ਮਾਹੌਲ ਬਣਿਆ ਦਰਿਆ 'ਚ, ਅਤੇ ਕਾਫੀ ਲੋਕ ਆਉਣ ਜਾਣ ਵਾਲੇ ਵੀ ਕਾਫੀ ਜ਼ਿਆਦਾ ਹੈ। ਆਹ ਸਾਰੀ ਇੱਕ ਤਰਤੀਬ ਆ, ਔਰ ਪੂਰੇ ਹੈੱਡ ਇਸਲਾਮ ਦੇ ਉੱਤੇ ਸਭ ਤੋਂ ਵੱਡਾ ਬ੍ਰਿਜ ਹੈ ਜੀ। ਹਾਸਲਪੁਰ ਤੋਂ ਜਦੋਂ ਅਸੀਂ ਵਿਹਾੜੀ ਨੂੰ ਸਫ਼ਰ ਕਰਦੇ ਹਾਂ ਤਾਂ ਰਸਤੇ ਦੇ ਵਿੱਚ ਬ੍ਰਿਜ ਆਉਂਦਾ, ਕਾਫੀ ਵੱਡਾ ਬ੍ਰਿਜ ਆ। ਸ਼ਾਇਦ ਇਹਦੇ 32 ਫੱਟੇ ਆ, 32 ਆ ਜਾਂ 42 ਦੇ ਕਰੀਬ ਤਕਰੀਬਨ ਫਾਟਕ ਹੈ ਇਹਦੇ। ਆਹ ਤੁਸੀਂ ਨਜ਼ਰ ਮਾਰੋ,
ਜਿੱਥੋਂ ਤੱਕ ਨਜ਼ਰ ਜਾ ਰਹੀ ਆ ਕੇ ਪਾਣੀ ਪਾਣੀ ਹੈ। ਆਹ ਇੱਕ ਪਗਡੰਡੀ ਹੈ ਇਨਸ਼ਾਅੱਲਾ, ਆਹ ਦੇਖੋ ਇਹਨਾਂ ਨੇ ਜਾਲ ਵਗੈਰਾ ਲਾ ਕੇ ਬੰਦ ਕੀਤੀ ਹੈ ਸਿਰਫ ਪਾਣੀ ਦਾ ਕਰਕੇ। ਵੈਸੇ ਆਮ ਦਿਨਾਂ ਦੇ ਵਿੱਚ ਇੱਥੇ ਚਾਹੀਦਾ, ਮੈਂ ਖੁਦ ਕਈ ਦਫ਼ਾ ਗਿਆ ਅੱਗੇ, ਉਹ ਅੱਗੇ ਜਾ ਕੇ ਦਰਿਆ ਦੇ ਵਿੱਚ ਬੰਦਾ ਇੰਜੋਏ ਕਰ ਸਕਦਾ, ਕਾਫੀ ਮਜ਼ੇ ਨੇ। ਮਾਹੌਲ ਅੱਲਾਹ ਤਾਲਾ ਨੇ ਰੌਣਕ ਲਾਈ ਹੈ, ਪਾਣੀ ਹੈ ਰਹਿਮਤ ਦਾ, ਲੇਕਿਨ ਜਦੋਂ ਜ਼ਿਆਦਾ ਹੋ ਜਾਂਦਾ ਫਿਰ ਨੁਕਸਾਨ ਕਰਦਾ, ਲੇਕਿਨ ਫਿਲਹਾਲ ਜਿਹੜਾ ਵਾ ਉਹ ਇੰਨਾ ਜ਼ਿਆਦਾ ਨਹੀਂ ਗਾ। ਆਹ ਤੁਸੀਂ ਚੈੱਕ ਕਰ ਸਕਦੇ ਹੋ ਸਾਹਮਣੇ ਦਰਿਆ, ਜਿਹੜਾ ਸਾਰਾ ਦਰਿਆ ਇੱਕ ਸਾਈਡ 'ਤੇ ਚੱਲ ਰਿਹਾ, ਉਹ ਖੰਭਾ ਜਿਹੜਾ ਖੰਭੇ ਦੀ ਯਾਨੀ ਕਿ ਜਿਹੜੀ ਤੁਹਾਡੀ ਰਾਈਟ ਹੈਂਡ ਆ ਰਿਹਾ ਉਹ ਲੈਫਟ ਹੈਂਡ ਉਧਰਲੀ ਸਾਈਡ 'ਤੇ ਪਾਣੀ ਚੱਲ ਰਿਹਾ, ਅਤੇ ਖੰਭੇ ਤੋਂ ਤੁਸੀਂ ਐਂ ਨੂੰ ਦੇਖੋਗੇ ਸਾਰਾ ਵਿਹਲਾ ਪਿਆ, ਪਾਣੀ ਪੂਰਾ ਛੱਡਿਆ ਨਹੀਂ ਹੈ ਇੱਥੋਂ, ਯਾਨੀ ਕਿ ਇੱਥੇ ਇਹਨਾਂ ਨੇ ਰੋਕਿਆ। ਨਹਿਰਾਂ ਵਗੈਰਾ ਚੱਲ ਰਹੀਆਂ ਆਮ ਰੂਟੀਨ ਦੇ ਵਿੱਚ, ਕੋਈ ਮੁਸ਼ਕਲ ਨਹੀਂ, ਕੋਈ ਪਰੇਸ਼ਾਨੀ ਨਹੀਂ, ਇੰਨਾ ਜ਼ਿਆਦਾ ਪਾਣੀ ਨਹੀਂ। ਟ੍ਰੈਫਿਕ ਜਾਰੀ ਹੈ ਵਿੱਚ, ਅਤੇ ਲਾਈਕ ਕਰਨ 'ਤੇ ਕੋਈ ਜ਼ੋਰ ਨਹੀਂ, ਫ੍ਰੀ ਹੈ ਬਿਲਕੁਲ, ਕੋਈ ਖਰਚਾ ਨਹੀਂ। ਲਾਈਕ ਕਮੈਂਟ ਸ਼ੇਅਰ ਲਾਜ਼ਮੀ, ਇਸ ਤਰ੍ਹਾਂ ਦੀਆਂ ਇਨਸ਼ਾਅੱਲਾ ਇੰਟਰਟੇਨਿੰਗ ਵੀਡੀਓ ਲਾਇਆ ਕਰਾਂਗੇ। ਅਗਰ ਕਮੈਂਟ 'ਚ ਦੱਸਣਾ ਜੇ ਅਗਰ ਪਸੰਦ ਆਵੇ, ਜੇ ਅਗਰ ਪਸੰਦ ਨਹੀਂ ਆ ਰਹੀ ਤਾਂ ਵੀ ਦੱਸ ਦਿਓ, ਤਾਂ ਕਿ ਫਿਰ ਅਵਾਇਡ ਕਰੀਏ। ਠੀਕ ਹੈ ਦੋਸਤੋ, ਆਪਣਾ ਖਿਆਲ ਰੱਖਣਾ।